ਲੋ ਜੀ ਆਪਾਂ ਆ ਗਏ ਹਾਂ ਅੰਜੂਨਾ ਬੀਚ ਅਤੇ ਤੁਹਾਨੂੰ ਦਿਖਾਉਂਦੇ ਹਾਂ ਅੰਜੂਨਾ ਬੀਚ ਦੇ ਥੋੜ੍ਹੇ ਜਿਹੇ ਨਜ਼ਾਰੇ ਅਤੇ ਅਸੀਂ ਇੱਥੇ ਸਕੂਟੀ ਪਾਰਕਿੰਗ 'ਤੇ ਲਗਾ ਦਿੱਤੀ ਹੈ ਵੈਸੇ ਤਾਂ ਸਾਰੇ ਬੀਚ ਇੱਕੋ ਵਰਗੇ ਨੇ ਪਰ ਥੋੜ੍ਹਾ ਥੋੜ੍ਹਾ ਚੇਂਜ ਹੈਗਾ ਚੀਜ਼ਾਂ ਵਿੱਚ ਲਾਈਕ ਕਿਹੜਾ ਬੀਚ ਸੀਗਾ ਜਿਹੜਾ ਅਸੀਂ ਛੱਡਤਾ ਕੈਂਡੋਲਿਮ 'ਤੇ ਕਹਿੰਦੇ ਰੌਕਸ ਬਹੁਤ ਹੈਗੀਆਂ ਵਾਓ ਉੱਧਰ ਦੇਖੋ ਤੋ ਇਹ ਵਾਲੇ ਡਿਫਰੈਂਸਿਸ ਮਿਲਦੇ ਨੇ ਜਿਵੇਂ ਮਤਲਬ ਬੀਚਿਸ ਦੇ ਉੱਤੇ ਹੁਣ ਜਿਵੇਂ ਇੱਥੇ ਉਹ ਵੀ ਘੱਟ ਹੀ ਦਿਖ ਰਹੇ ਨੇ ਆਪਾਂ ਨੂੰ ਔਰ ਯਹਾਂ ਪੇ ਮੁਝੇ ਸੇਫਟੀ ਵਾਲੇ ਵੀ ਨਹੀਂ ਦਿਖ ਰਹੇ ਹੈ ਕਿਉਂਕਿ ਉਹ ਜ਼ਿਆਦਾ ਜੋ ਫੇਮਸ ਬੀਚ ਆ ਉੱਥੇ ਹੀ ਹੁੰਦੇ ਨੇ ਲਾਈਕ ਜਿਵੇਂ ਬਾਗਾ ਬੀਚ 'ਤੇ ਬਹੁਤ ਹੀ ਜ਼ਿਆਦਾ ਰਿਸਟ੍ਰਿਕਸ਼ਨ ਸੀਗੀਆਂ ਅਤੇ ਇੱਥੇ ਰਿਸਟ੍ਰਿਕਸ਼ਨਸ ਥੋੜ੍ਹੀਆਂ ਜਿਹੀਆਂ ਘੱਟ ਦਿਖ ਰਹੀਆਂ ਮੈਨੂੰ ਰੌਕ ਹੈਗੀ ਆ ਉੱਥੇ ਜਾਂਦੇ ਹਾਂ ਐਰੀ ਇੱਥੇ ਖੜ੍ਹੇ ਹੋ ਕੇ ਆਪਾਂ ਪਿਕਸ ਕਲਿੱਕ ਕਰਾ ਦੇਖੋ ਜੀ ਇਹ ਕਿੱਦਾਂ ਦਾ ਰਸਤਾ ਬਣਾਇਆ ਉੱਥੇ ਜਾਣ ਨੂੰ ਬਣਾਇਆ ਤਾਂ ਕੀ ਹੈ ਮਤਲਬ ਥੋੜ੍ਹਾ ਔਖਾ ਹੀ ਕੰਮ ਹੈ ਇਹਨੂੰ ਡਰ ਲੱਗ ਰਿਹਾ ਆਉਣ 'ਤੇ ਇਹਨੂੰ ਥੋੜ੍ਹਾ ਡਰ ਲੱਗ ਰਿਹਾ ਗੰਦਾ ਗੰਦਾ ਕੀ ਹੈ ਰੌਕ ਹੈਗੀ ਹੈ ਰੌਕ ਹੈ ਬਲੈਕ ਰੌਕ ਹੈ ਇੱਦਾਂ ਹੀ ਹੁੰਦੀ ਹੈ ਕੋਈ ਉਹ ਕੀ ਲੱਗ ਰਿਹਾ ਮਤਲਬ ਕਿਹਦੇ 'ਤੇ ਚੱਲ ਰਿਹਾ ਕੀ ਲੱਗ ਰਿਹਾ ਕੀ ਲੱਗ ਰਿਹਾ ਕਿਹਦੇ 'ਤੇ ਚੱਲ ਰਿਹਾ ਕਹਾਂ ਪਹੁੰਚਣਾ ਕਹਾਂ ਪਹੁੰਚਣਾ ਹੈ ਤੁਹਾਨੂੰ ਡਰ ਕਿਉਂ ਲੱਗ ਰਿਹਾ ਰੌਕ ਹੈਗੀ ਏ ਰੌਕ ਹੁੰਦੀ ਹੈ ਬਹੁਤ ਹੀ ਤੁਰ ਤੁਰ ਕੇ ਅਸੀਂ ਆ ਗਏ ਹਾਂ ਚਪੋਰਾ ਫੋਰਟ ਅਤੇ ਸਾਹ ਚੜਿਆ ਹੋਇਆ ਇੱਥੇ ਦਾ ਇਤਿਹਾਸ ਲਿਖਿਆ ਹੋਇਆ ਪਰ ਜਿਹਨੇ ਪੜ੍ਹਨਾ ਪੜ੍ਹ ਲਓ ਮੈਂ ਤਾਂ ਨਹੀਂ ਪੜ੍ਹ ਰਿਹਾ ਚਲੋ 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 ਉੱਥੇ ਸਮੁੰਦਰ ਦਿਖ ਰਿਹਾ ਇਹਦੀ ਐਂਟਰੈਂਸ ਹੈ ਉੱਪਰ ਬੰਦਾ ਖੜਾ ਹੈ ਐਂਟਰੈਂਸ ਜੈਸਾ ਆਪਕਾ ਮਨ ਕਰੇ ਭਈਆ ਕੈਸਾ ਮਸਾਲਾ ਲਗਾ ਦੂ ਮੈਂ ਕਿਹਾ ਜੈਸਾ ਤੇਰਾ ਮਨ ਕਰੇ ਹਮਨੇ ਥੋੜੀ ਖਾਣੀ ਆ ਲਓ ਜੀ ਫਿਰ ਸਾਡਾ ਚਪੋਰਾ ਫੋਰਟ ਦਾ ਕੰਮ ਤੇ ਹੋ ਗਿਆ ਪੂਰਾ ਤੇ ਇੱਥੇ ਹਨੇਰਾ ਵੀ ਹੋ ਗਿਆ ਪੂਰਾ ਹੋਰ ਸਾਡੀਆਂ ਸ਼ਕਲਾਂ ਹੀ ਮਸਾ ਦਿਖ ਰਹੀਆਂ ਹੋਣੀਆਂ ਹੈ ਨਾ ਨਹੀਂ ਦਿਖ ਰਹੀਆਂ ਸ਼ਕਲਾਂ ਤੇ ਫੋਨ 'ਚ ਬੈਟਰੀ ਰਹਿ ਗਈ ਹੈ 2% ਵਾਹ 2% ਸਾਡੇ ਕੋਲ ਪਾਵਰ ਬੈਂਕ ਹੈਗਾ ਵੈਸੇ ਮੈਂ ਨਾਲ ਨਾਲ ਪਤਾ ਨਹੀਂ ਕੀ ਚੱਕਰ ਹੈ ਚਾਰਜਿੰਗ ਲਗਾਉਂਦਾ ਇੱਥੇ ਅਸੀਂ ਚਪੋਰਾ ਫੋਰਟ ਸਾਰਾ ਘੁੰਮ ਲਿਆ
ਇੰਨਾ ਬਹੁਤ ਵਧੀਆ ਵਿਊ ਸੀਗਾ ਇੱਥੇ ਦੀ, ਦੁਬਾਰਾ ਆਉਣ ਦਾ ਮਨ ਕਰ ਰਿਹਾ ਵੈਸੇ ਤਾਂ। ਆਉਣਾ ਦੁਬਾਰਾ?